ਯਾਰ। ਸੋ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਕਈ ਬੰਦਿਆਂ ਨੂੰ ਭੁਲੇਖਾ ਹੁੰਦਾ ਕਿ ਅਸੀਂ ਰੱਬ ਬਣ ਗਏ, ਅਸੀਂ ਖੁਦਾ ਬਣ ਗਏ। ਹੁੰਦਾ ਨਾ ਜੀ ਕਈਆਂ ਨੂੰ ਖੁਦਾਈ ਦਾ ਭੁਲੇਖਾ, ਖੁਦਾ ਨੇ ਇਹ ਵੀ ਲਾਇਆ ਤੇ ਖੁਦਾ ਦੇ ਨਾਮ ਨੂੰ ਲੱਗਦਾ ਸੀ ਲੱਗਦਾ ਸੀ ਮੰਜ਼ਿਲ ਪਾਰ ਕਰ ਰਿਹਾ ਹੈ, ਲੱਗਦਾ ਸੀ ਨਹੀਂ ਇਹਨੇ ਨਾਮ ਨੂੰ ਕਿ ਖੁਦਾ ਜਾਂ ਇਹ ਮੰਜ਼ਿਲ ਪਾਰ ਕਰ ਸਕਦਾ। ਪਰ ਜਦੋਂ ਵਾਈ ਆਈ ਨਾ ਉਹਨੂੰ ਪੜ੍ਹਾਈ ਕਾਲ ਕਰਕੇ ਸਾਹਮਣੇ ਆ ਜਾਂਦਾ ਧੁਨੀ ਸ਼ਤੀਰ ਮਾਰ ਹੋ ਜਾਂਦੇ। ਸੋ ਜਦੋਂ ਸੱਚ ਸਾਹਮਣੇ ਆਉਂਦਾ ਨਾ, ਸੱਚ ਪਲਟੀ ਮਾਰਦਾ ਜਦੋਂ ਜਦੋਂ ਸੱਚ, ਕਿਉਂਕਿ ਦੁਨੀਆਂ ਦੀ ਕੋਈ ਤਾਕਤ ਅਜ਼ਲਾਂ ਤੋਂ ਲੈ ਕੇ ਅੱਜ ਤੱਕ ਤੇ ਅੱਜ ਤੋਂ ਲੈ ਕੇ ਆਉਣ ਵਾਲੇ ਸਮੇਂ ਤੱਕ ਜਦ ਤੱਕ ਇਹ ਧਰਤੀ ਰਹੇਗੀ, ਜਾਂ ਤਾਂ ਇੱਥੇ ਬੈਠੇ ਕਹਿ ਰਹੇ ਹੋ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਉਸ ਪੰਕਤੀ ਦੇ ਨਾਲ ਸਹਿਮਤ ਨਹੀਂ, ਤੇ ਜਾਂ ਫਿਰ ਮਨ ਚੋਂ ਭੋਗ ਕੱਢ ਕੇ ਜਾਇਓ, ਇਹ ਝੂਠ ਤੋਂ ਡਰਨਾ ਬੰਦ ਕਰਕੇ ਜਾਇਓ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪੂਰਨ ਖੁੱਤੇ ਨਾਨਕਾ ਓੜਕ ਸਾਹਿਬ। ਸੋ ਜਿੰਨਾ ਮਰਜ਼ੀ ਇਹਨਾਂ ਨੇ ਮੌਤ ਨੂੰ ਪਾਗਲੇ ਨਾਲ ਬੰਨਿਆ, ਵੀ ਜਿੱਦਣ ਮੌਤ ਨੇ ਗਿੱਛੀ ਤੋਂ ਫੜ ਲੈਣਾ ਉਹਨੇ ਫੜ ਹੀ ਲਿਆ। ਸੋ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਕਿਉਂ ਲੋਕਾਂ ਨੂੰ ਝੂਠ, ਆਪਣੀ ਗੱਲ ਕਹੋ, ਤੁਹਾਡੀ ਗੱਲ ਜਿਹਨੂੰ ਪਸੰਦ ਆਉਂਦੀ ਆਵੇ, ਜਿਹਨੂੰ ਨਹੀਂ ਆਉਂਦੀ ਨਾ ਆਵੇ। ਤੁਸੀਂ ਡਰ ਕਿਉਂ ਰਹੇ ਹੋ? ਇਹ ਤਾਂ ਖੁਦ ਡਰੇ ਹੋਏ ਨੇ ਆਮ ਆਦਮੀ ਕੇਜਰੀਵਾਲ। ਜਿਹੜਾ ਇੱਕ ਬਾਪੂ ਦੀ ਗੱਲ ਯਾਦ ਰੱਖਿਓ, ਤੁਹਾਨੂੰ ਤਾਂ ਤਜਰਬਾ ਜ਼ਿੰਦਗੀ ਭਰ ਦਾ, ਜਿਹੜਾ ਬੰਦਾ ਆਪ ਡਰਦਾ ਹੋਏਗਾ ਨਾ ਝਾੜੀਆਂ ਵਾਲੇ ਪਾਸੇ ਜਾਣ ਤੋਂ, ਜਿਹਨੂੰ ਪਤਾ ਉੱਧਰ ਰੋਈ ਵਾਲੇ ਪਾਸੇ ਕੋਈ ਸੱਪ ਬੈਠਾ ਜਾਂ ਫਿਰ ਚੀਤਾ ਫਿਰਦਾ, ਉਹ ਵੀ ਦੂਜੇ ਮਾਰ ਜਾਂਦੇ ਤੋਂ ਮਾਰ ਜਾਂਦੇ ਨੇ, ਕਿਉਂਕਿ ਆਪ ਡਰਦਾ। ਇਹ ਤੇ ਆਮ ਆਦਮੀ ਪਾਰਟੀ ਤੋਂ ਆਪ ਡਰ ਗਏ ਨੇ, ਤਰਹਿ ਗਏ ਨੇ, ਇਸ ਕਰਕੇ ਲੋਕਾਂ ਨੂੰ ਡਰਾਉਂਦੇ ਫਿਰਦੇ। ਬੜਾ ਖੜਾ ਜੇ ਵੋਟਰ ਕਰਾ, ਇਹਨਾਂ ਨੂੰ ਕੋਈ ਡਰਾਓ ਬਣਾ ਕੇ ਕਿਹਨੂੰ ਡਰਾਉਣਾ, ਕਿਉਂਕਿ ਇਹ ਰੱਬ ਨਹੀਂ ਹੈਗੇ, ਰੱਬ ਇੱਧਰ ਅੰਦਰ ਹੈ ਮੇਰਾ ਸਤਿਗੁਰ ਸੱਚੇ ਪਾਤਸ਼ਾਹ। ਜਦੋਂ ਇਹਨਾਂ ਨੇ ਚਾਹੁਣਾ ਉਦੋਂ ਇਨਕਲਾਬ ਆਉਣਾ, ਉਦੋਂ ਕ੍ਰਾਂਤੀ ਆਉਣੀ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ। ਪੜ੍ਹਿਆ ਨਹੀਂ ਜਾ ਰਿਹਾ ਸੀ ਦੂਰ, ਬਰਫ਼ ਡਿੱਗੀ ਬਰਫ਼ ਬਾਦਲ ਡਿੱਗਣਗੇ, ਲੋਕੀ ਕਮੈਂਟ ਪਾ ਰਹੇ, ਲਾਈਵ ਚੱਲ ਰਿਹਾ ਨਾਲ ਨਾਲ, ਕਹਿੰਦੇ ਜਨਵਰੀ ਵਿੱਚ ਬਰਫ਼ ਡਿੱਗੀ ਹੈ, ਬਰਫ਼ ਵਿੱਚ ਬਾਦਲ ਡਿੱਗਣਗੇ। ਦੇਖੋ ਸੰਗਤ ਕਿੱਥੇ ਕਿੱਥੇ ਬੈਠੀ ਸਾਨੂੰ ਸੁਣ ਰਹੀ ਹੈ, ਵਿਦੇਸ਼ਾਂ 'ਚ ਬੈਠੇ ਇਸ ਵੇਲੇ ਦੇਖ ਰਹੇ ਸਾਰੇ ਤੁਹਾਨੂੰ, ਔਰ ਦੁਨੀਆਂ ਦੇ 100 ਮੁਲਕ ਦੇ ਵਿੱਚ ਇਸ ਵੇਲੇ ਪਤਾ ਲੱਗ ਰਿਹਾ ਕਿ ਬੁੱਟਰ ਕਲਾਂ ਦੇ ਵਿੱਚ ਸੰਗਤ ਬੈਠੀ ਆ, ਮਿੱਤਰ ਕੇ ਬੈਠੀ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੇ ਨਾਲ। ਆਮ ਆਦਮੀ ਪਾਰਟੀ ਜ਼ਿੰਦਾਬਾਦ। ਸੋ ਮੈਂ ਬੇਨਤੀ ਕਰਾਂਗਾ ਕਿ ਇਹ ਖੁਦਾਈ ਇਹਨਾਂ ਦੇ ਸਿਰ ਨੂੰ ਚੜ੍ਹੀ ਕੇ ਅਸੀਂ ਰੱਬ ਬਣ ਗਏ, ਅਸੀਂ ਸ਼ਾਇਦ ਲੋਕਾਂ ਨੂੰ ਰੋਕ ਲਾਂਗੇ, ਲੋਕਾਂ ਨੂੰ ਡਰਾ ਲਾਂਗੇ, ਪਰ ਇਹ ਭੁੱਲ ਗਏ ਕਿ ਸਤਿਗੁਰ ਹੋ ਗਿਆ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋ ਗਿਆ ਨਾ ਕਬ ਨੂੰ ਝੂਰੀ ਹੈ, ਸਤਿਗੁਰ ਹੋ ਗਿਆ ਦੁੱਖ ਨਾ ਜਾਣੀ ਹੈ, ਸਤਿਗੁਰ ਹੋ ਗਿਆ ਹਰ ਜਦੋਂ ਸਤਿਗੁਰ ਗਿਆ ਬਿਲਕੁਲ ਕਿਸੇ ਇਨਕਲਾਬ ਨੂੰ ਕਿਸੇ ਕ੍ਰਾਂਤੀ ਨੂੰ ਕਿਸੇ ਸੱਚਾਈ ਨੂੰ ਕੋਈ ਰੋਕ ਨਹੀਂ ਸਕਦਾ। ਕਿਉਂਕਿ ਚਲੋ ਅੱਜ ਜਦੋਂ ਵੋਟਾਂ ਆਈਆਂ ਉਦੋਂ ਤੁਸੀਂ ਗਲੀਆਂ ਨੂੰ ਬਾਹਰ ਇੱਟਾਂ ਦੀਆਂ ਗਾਂਧੀਆਂ ਲਵਾ ਦਿਓ ਤਾਂ ਲੋਕੀ ਕਮਲੇ ਨੇ ਵੀ ਦੱਸ ਸਕਦਾ ਕੀ ਕੀਤਾ ਤੁਸੀਂ ਸਾਡੇ ਨਾਲ। ਹੁਣ ਵੋਟਾਂ ਜਿੱਦਣ ਅਨਾਊਂਸ ਹੋ ਗਈਆਂ ਫਿਰ ਟਰਾਲੀਆਂ ਲਦਾ ਦਿੱਤੀਆਂ ਭੱਠਿਆਂ ਤੋਂ, ਚਲੋ ਪਿੰਡਾਂ ਵੱਲ ਨੂੰ ਲੈ ਜਾਓ ਇੱਟਾਂ, ਉਹ ਵੀ ਪਿੰਡ ਦੀਆਂ ਚੁੱਲੀਆਂ ਹੀ ਹੋਣੀਆਂ, ਕਿਹੜੀਆਂ ਚੁੱਲੀਆਂ ਨੇ ਕਿਹੜੀਆਂ, ਇਹ ਕਿਹੜੀਆਂ ਇੱਟਾਂ ਨੇ ਜਿਹੜੀਆਂ ਪੈਦਲ ਹੀ ਤੁਰ ਕੇ ਆਈਆਂ 10 ਸਾਲ ਲਾ ਕੇ ਇੱਟਾਂ ਨੇ, ਹੌਲੀ ਹੌਲੀ ਪਿੰਡ ਪਹੁੰਚੀਆਂ ਤੁਹਾਡੇ। ਹੁਣ ਇਹ ਨਾਲੀਆਂ ਵੀ ਬਣਾਉਣ ਲੱਗ ਪਏ ਤੁਹਾਡੀਆਂ, ਕਈ ਪਿੰਡਾਂ 'ਚ ਇਸ ਵੇਲੇ ਪਤਾ ਨਹੀਂ ਛੇੜੀਆਂ ਕਿਹੜੀਆਂ, ਇਹ
ਜਿਹੜੀਆਂ ਖਿਡਾਰੀਆਂ ਨੇ ਸ਼ੁਰੂ ਕਰਦੇ ਹੋ ਔਰ ਜਿੱਥੇ ਜਿੱਥੇ ਕੋਈ ਦੂਜੀ ਪਾਰਟੀ ਵਾਲੇ ਆਮ ਆਦਮੀ ਪਾਰਟੀ ਵਾਲੇ ਜਾਂਦੇ ਹੋ ਜਾਂ ਇਲੈਕਸ਼ਨ ਕਮਿਸ਼ਨ ਵਾਲੇ ਜਾਂਦੇ ਹਨ ਉੱਥੇ ਗਲੀ ਦੇ ਵਿੱਚ ਤਾਕਤਾਂ ਨੂੰ ਲੁਹਾਂਡੇ ਸੀਮਟ ਦੇ ਸਾਥ ਕਿਲਰੀ ਹੋਈ ਮਿਲਦੀ ਹੈ ਪਾਰਟੀ ਨੂੰ ਜਾਂ ਇਲੈਕਸ਼ਨ ਕਮਿਸ਼ਨ ਨੂੰ ਦੇਖ ਕੇ ਉਹਨਾਂ ਨੂੰ ਬਰਾਬਰ ਜਾਂਦੇ ਕੁਝ ਦਸ ਹੀ ਨਹੀਂ ਆਈ ਇੱਥੇ ਅਤੇ ਹੁਣ ਤਾਂ ਦੋ ਨਾਲੀਆਂ ਬਣਾ ਰਹੇ ਅਤੇ ਅਸੀਂ ਨਹੀਂ ਸ਼ਿਕਾਇਤ ਕਰਦੇ ਨਹੀਂ ਸਾਨੂੰ ਕੀ ਲੋੜ ਅਸੀਂ ਸ਼ਿਕਾਇਤ ਕਰਾਂਗੇ ਨਾਲੀਆਂ ਬਣੀਆਂ ਬੰਦ ਹੋ ਜਾਂਦੀਆਂ ਕਿਸੇ ਤਰੀਕੇ ਦੇ ਜਿਹੜੇ ਖਾਤੇ ਨੇ ਉਹਦੇ 'ਚ 10-20 ਰੁਪਈਏ ਲਾ ਜਾਂਦੇ ਸਾਨੂੰ ਕੋਈ ਲਾਉਣ ਦਿਓ ਅਸੀਂ ਕਰੋ ਕਿ ਨਾਲੀ ਬਣ ਜਾਂਦਾ ਤੁਹਾਡੀ ਬਣਵਾਓ ਮਨਾ ਨਾ ਕਰੋ ਬਣਵਾਓ ਇਹਨਾਂ ਕੋਲੋਂ ਨਾਲੀਆਂ ਅੱਜ ਦੇ ਜਿਹੜੇ ਦੌਰ 'ਚ ਖੜੇ ਨੇ ਅੱਜ ਦੇ ਮਿਸਤਰੀ ਨਾਲ ਲੱਭੇ ਅਤੇ ਆਪ ਹੀ ਆ ਜਾਣਗੇ ਨਾਲੀ ਬਣਾਉਣ ਪਤਾ ਲੱਗੇ ਆਪ ਹੀ ਕਾਂਡੀ ਲੈ ਕੇ ਬੈਠੇ ਨੇ ਲੋਕੀ ਬੰਦੇ ਸਾਹਿਬ ਬਣਾ ਚਾਰ ਇੱਕਦਮ ਸਾਰਾ ਵਾਜਾਂ ਦੇਣੀ ਹੈ ਸੇਖੜੀ ਸਾਹਿਬ ਗਰਮਾਲਾ ਤਾਂ ਫੜਾਇਆ ਮੈਂ ਲੱਗਣਾ ਬੜਾ ਜਾ ਮੈਂ ਤੇ ਆਪ ਬਿਸ਼ਨ ਸਿੰਘ ਦੀ ਟੀਪ ਕਰਨ ਚੱਲਾਂ ਨਹੀਂ ਹੁਣ ਚਾਰ ਇੱਕ ਤਾਂ ਹੀ ਬਣਾਉਣਾ ਪੈਣਾ ਨਾ ਜੀ ਇੱਕ ਵਾਰੀ ਤੇ ਸੁਣਾਉਣਾ ਹੀ ਹੈ ਕੀ ਪਤਾ ਪਾਉਣਾ ਕਿ ਨਹੀਂ ਪਾਉਣਾ ਗੱਲਾਂ ਦਾ ਕੜਾਹ ਬਣਾਉਣਾ ਤਾਂ ਘਿਓ ਘੱਟ ਕਿਉਂ ਪਾਉਣਾ ਫਿਰ ਹਾਂ ਤੇ ਵੱਧ ਫਲ ਦੋ ਪੀਤੇ ਤਰਦਾ ਤਰਦਾ ਤੇ ਦਿਸੇ ਜਾਣਾ ਇਹਨਾਂ ਦਾ ਅੰਤ ਨਹੀਂ ਗਿਆ ਇਹ ਚੰਗਾ ਹੋਇਆ ਦੂਜੀ ਵਾਰੀ ਆ ਗਿਆ ਪੰਜ ਕੁ ਸਾਲਾਂ ਦੇ ਵਿੱਚ ਮਸਾਂ ਲੁੱਟ ਖੁੱਟ ਕੁੜੀ ਹੁੰਦੀ ਹੈ ਜਿਹੜਾ ਸਿਰ ਨੂੰ ਇੱਕ ਖੁਦਾਈ ਚੜ੍ਹਦੀ ਹੈ ਨਾ ਉਹ ਦੂਜੀ ਵਾਰੀ ਜਿੱਤਣੀ ਕਿ ਅਸੀਂ ਤਾਂ ਰੱਬ ਬਣ ਗਏ ਉਹ ਜਿਹੜੇ ਅਗਲੇ 5 ਸਾਲ ਸੀ ਉਹਨੇ ਅਨੁਸਾਰ ਕੀਤਾ ਉਹਨੇ ਸੱਚਾਈ ਬਾਹਰ ਲਿਆਂਦੀ ਇਹਨਾਂ ਦੀ ਬਿੱਲੀ ਫੈਲੀਆਂ ਬਾਹਰ ਆ ਗਈ ਸਮਝ ਆ ਗਈ ਕੀ ਲੋਕ ਪੰਜਾਬ ਨੂੰ ਦਿੱਤਾ ਕੀ ਹੈ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੰਦੇ ਨੇ ਪੰਜਾਬੀ ਨਹੀਂ ਹੈਗੇ ਜਿਹਨਾਂ ਨੂੰ ਐਡਾ ਬਣਾਉਣੀਆਂ ਪੰਜਾਬ ਦਾ ਕੋਈ ਇਹਨਾਂ ਨੇ ਝੂਠ ਬੋਲ ਕੇ ਨਹੀਂ ਕਰਦੀ ਸਾਰੇ ਕਲਾਕਾਰ ਮੁੱਕਰ ਗਏ ਸਾਰੇ ਖਿਡਾਰੀ ਮੁੱਕਰ ਗਏ ਕਿ ਅਸੀਂ ਵੀ ਤੁਹਾਡੇ ਲਈ ਮਸ਼ਹੂਰੀਆਂ ਕਰਦੇ ਫਿਰ ਜਿਹੜੇ ਵਿਚਾਰੇ ਫਸੇ ਸੀ ਜਿਹਨਾਂ ਦੀਆਂ ਫਾਈਲਾਂ ਫਸੀਆਂ ਸੀ ਉਹਨਾਂ 2-4 ਬੰਦਿਆਂ ਕੋਲ ਮਸ਼ਹੂਰੀਆਂ ਕਰਨੀਆਂ ਲੋਕਾਂ ਨੂੰ ਸੱਚ ਨਹੀਂ ਦਿਸਦਾ ਅੱਜ ਤੁਸੀਂ ਗਲੀਆਂ ਦੇ ਜਿੱਟਾਂ ਲਵਾ ਦਿਓਗੇ ਰੇਤਾ ਖਿਲਾਰ ਦਿਓਗੇ ਇੰਟਰਲੋਕਿੰਗ ਕਰਾ ਰਹੇ ਹਾਂ ਨਾਲੀਆਂ ਬਣਾ ਰਹੇ ਪਹਿਲੋਂ ਕਿੱਥੇ ਸੀ ਆ ਸੜਕਾਂ ਕੀ ਦੇਖੀਏ ਤੁਹਾਡੀਆਂ ਪੁਲ ਬਣਾ ਕੇ ਪੁਲਾਂ ਦੀ ਫੋਟੋ ਲਾ ਦਿੰਦੇ ਸਾਨੂੰ ਤਾਂ ਪਤਾ ਕਿੱਥੋਂ ਦਾ ਪੁਲ ਫੋਟੋ ਹੀ ਲੱਗੀ ਨਹੀਂ ਧਿਆਨ ਭਾਵੇਂ ਬਗਲੌਰ ਦਾ ਪੁਲ ਦੀ ਲਾਈ ਹੋਵੇ ਉੱਥੇ ਕਿਹੜਾ ਦੇਖਿਆ ਵੀ ਗੱਗੜ ਭਾਣਾ 13 ਕਿਲੋਮੀਟਰ ਸੜਕਾਂ ਵੀ ਘਰ ਵੱਲ ਨੂੰ ਜਾਂਦੀਆਂ ਸੀਗੀਆਂ ਉਹੀ ਬਣਾਉਂਦੇ ਨੇ ਮੈਡਮ ਆਪਣੇ ਪਿੰਡ 'ਤੇ ਇਹਨਾਂ ਨੇ ਹੈਲੀਕਾਪਟਰ ਹੈਲੀਪੈਡ ਵੀ ਬਣਾਇਆ ਅਤੇ ਹੈਲੀਕਾਪਟਰ ਵੀ ਉੱਤਰਦੇ ਨੇ ਅਤੇ ਸਾਡੇ ਪਿੰਡ ਵੱਲ ਬੱਸਾਂ ਵੀ ਨਹੀਂ ਆਉਂਦੀਆਂ ਕਹਿੰਦੇ ਪਾਣੀ ਵਾਲੀ ਬੱਸ ਬਣਾਤੀ ਉਹ ਦੇਖੋ ਗਿਆ ਤੁਸੀਂ ਮੰਗੀ ਸੀ ਪਾਣੀ ਵਾਲੀ ਬੱਸ ਕਿਸੇ ਨੇ ਨਹੀਂ ਸੱਚੀ ਦੱਸੋ ਕਿਸੇ ਨੇ ਕਿਹਾ ਹੋਣਾ ਕਿਸੇ ਨੇ ਤਾਂ ਕਿਹਾ ਹੋਣਾ ਨਾ ਕਿ ਪਾਣੀ ਵਾਲੀ ਬੱਸ ਚਲਾ ਦਿਓ ਇਹ ਤਾਂ ਡੁੱਬ ਕੇ ਮਰਨਾ ਕੁਛ ਕਰਨੀ ਕੀ ਸੀ ਕਿਸੇ ਨੇ ਨਹੀਂ ਮੰਗੀ ਪਾਣੀ ਵਾਲੀ ਬੱਸ ਕਿਉਂ ਚਲਾਈ ਕਿਉਂਕਿ ਇੱਕ ਵਾਰੀ ਮੂੰਹ ਗੱਪ ਨਿਕਲ ਗਈ ਸੀ ਵੀ ਪਾਣੀ 'ਚ ਬੱਸਾਂ ਚਲਾ ਦੇਣਾ ਇਹ ਹੁਣ ਗੱਲ ਵੀ ਮੂੰਹ ਮੁੰਡਾ ਕਹਿ ਬੈਠਾ ਪੁਲਾਂ ਦੀਆਂ ਫੋਟੋਆਂ ਸੜਕਾਂ ਬਿਲਡਿੰਗਾਂ ਦੀਆਂ ਫੋਟੋਆਂ ਦਿਖਾ ਰਹੇ ਨੇ ਉਹ ਬਿਲਡਿੰਗਾਂ ਵੀ ਪੁਲ ਸੜਕਾਂ ਵੀ ਤਾਂ ਹੀ ਬਣਦੇ ਨੇ ਉਹ ਚੋਂ ਮਾਲ ਖਾਣਾ ਹੁੰਦਾ ਕਿਉਂਕਿ ਮੋਟਾ ਮਾਲ ਉਹਦੇ ਚੋਂ ਹੀ ਆਉਂਦਾ ਐਡਾ ਵੱਡਾ ਪਿੰਡ ਹੈ ਬੁੱਟਰ ਕਲਾਂ ਕਹਿੰਦੇ 1600 ਵੋਟ 1600 ਵੋਟ ਦਾ ਮਤਲਬ 3-4 ਹਜ਼ਾਰ ਦੀ ਪਾਪੂਲੇਸ਼ਨ ਹੋਏਗੀ ਪਰ ਕਹਿੰਦੇ ਬੱਸ ਹੀ ਕੋਈ ਨੀ ਲੰਘਦਾ ਇਹਨਾਂ ਨੂੰ ਪਤਾ ਨੀ ਲੱਗਾ ਹੋਣਾ ਨਾ ਔਰਬਿਟ ਦੀ ਲਾ ਦੇਣੀ ਸੀ ਇੱਧਰ
ਹੈਰਾਨੀ ਦੀ ਗੱਲ ਇਹ ਕਿੱਥੋਂ ਆ ਗਈਆਂ ਸਾਨੂੰ ਛਿੱਲ ਛਿੱਲ ਕੇ ਆ ਗਿਆ ਸੜਕ ਤੇ ਸਰਕਾਰੀ ਬੱਸ ਕੋਈ ਨੀ ਲੱਭਦੀ ਪਾਣੀ ਦੀ ਤੁਸੀਂ ਚਲਾਈ ਜਾਂਦੇ ਪਾਣੀ ਦੀ ਬੱਸ ਚਲਾਉਣੀ ਸੀ ਇੱਕ ਦਿਨ ਚਲਾਈ ਉਹ ਵੀ ਘੰਟਾ ਚਲਾਈ ਹੈ ਜਦੋਂ ਫੋਟੋਆਂ ਖਿਚਾਉਣੀਆਂ ਸੀ ਸਿਰਫ ਅਖਬਾਰ ਨੂੰ ਦਿਖਾਉਣ ਵਾਸਤੇ ਉਦੋਂ ਵੀ ਪਿੱਛੋਂ ਭਾਖੜਾ ਡੈਮ ਚ ਪਾਣੀ ਛਡਾਉਣਾ ਪਿਆ ਤਾਂ ਬੱਸ ਚੱਲ ਹੀ ਨਹੀਂ ਸਕਦੀ ਇੱਕ ਘੰਟਾ ਪਾਣੀ ਇੱਕ ਘੰਟਾ ਬੱਸ ਚਲਾਉਣ ਲਈ ਭਾਖੜਾ ਡੈਮ ਤੋਂ ਪਾਣੀ ਛਡਾਇਆ ਬੱਸ ਦੇ ਅੱਧਾ ਪੌਣਾ ਘੰਟਾ ਚਲਾ ਕੇ ਖੱਡੇ ਲਾ ਦਿੱਤੀ 700-800 ਏਕੜ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਅੱਗੇ ਪਾਣੀ ਹੁਣ ਮੈਂ ਇੱਕ ਦਿਨ ਗਿਆ ਸੀ ਹਜੀ ਕੇ ਪਤਨ ਮੈਂ ਚਲੋ ਹੂਟੇ ਲੈ ਕੇ ਉਹਨੇ ਨਵੀਂ ਬੱਸ ਚਲਾਈ ਪਹਿਲਾਂ ਤਾਂ ਏਡੀ ਵੱਡੀ ਸਾਰੀ ਉਹਨਾਂ ਨੇ ਬਣਾਈ ਹੁੰਦੀ ਇੱਕ ਸਰਾਂ ਜੀ ਉਹਦੇ ਅੰਦਰ ਬੰਦ ਕਰਕੇ ਵੱਡਾ ਸ਼ਟਰ ਸੁੱਟ ਕੇ ਮੋਟਾ ਤਾਲਾ ਲਾਇਆ ਫਿਰ ਬਾਹਰ ਗੇਟ ਨੂੰ ਤਾਲਾ ਲਾਇਆ ਫਿਰ ਅੱਗੇ ਪੁਲਿਸ ਖੜੀ ਉਹ ਪਾਣੀ ਚ ਚੰਗਾਲੀ ਮੈਂ ਕਿਹਾ ਮਿਊਜ਼ੀਅਮ ਚ ਰੱਖੋ ਸ਼ੀਸ਼ੇ ਚ ਰੱਖੇ ਲੋਕਾਂ ਨੂੰ ਬਹੁਤ ਸਹੀ ਇਹ ਬੱਸ ਜਿਹੜੇ 26 ਕਰੋੜ ਖਰਾਬ ਹੋਇਆ ਸੀ ਕਮਾਲ ਹੋ ਗਈ ਲੋਕਾਂ ਨੂੰ ਰੋਟੀ ਚਾਹੀਦੀ ਹੈ ਇਹ ਕਹਿੰਦੇ ਸੜਕਾਂ ਬਣਾ ਤੀਆਂ ਲੋਕੀ ਕਹਿੰਦੇ ਲੋਕ ਖਾਈਏ ਫਿਰ ਬਜਲੀ ਦੀ ਬੁਰਜੀ ਬਣਾਈਏ ਰੇਤਾ ਦਾ ਪਰਾਹ ਬਣਾ ਲਈਏ ਉਹ ਵੀ ਨੀ ਮਿਲਦਾ ਰੇਤ ਕਿਹੜੀ ਮਿਲ ਜਾਂਦੀ ਹੈ ਲੋਕਾਂ ਨੂੰ ਰੁਜ਼ਗਾਰ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਕਹੀ ਜਾਂਦਾ ਮੈਂ ਮੋਬਾਈਲ ਦਿਆਂਗਾ ਦੱਸੋ ਤੂੰ ਮੋਬਾਈਲ ਦੇ ਵਿੱਚੋਂ ਪਰੌਂਠੇ ਨਿਕਲਦੇ ਕਿ ਮੋਬਾਈਲ ਨਿਕਲੋਗੀ ਤਾਂ ਦਾਲ ਨਿਕਲਦੀ ਵਿੱਚੋਂ ਕਿਉਂ ਲੋਕਾਂ ਨੂੰ ਬੇਵਕੂ ਬਣਾ ਦਿੰਦੇ ਸੀ ਆ ਨੌਜਵਾਨ ਬੱਚੇ ਸਾਡੇ ਯੂਥ ਹੈ ਮੈਨੂੰ ਦੱਸਦੇ ਆ ਦੁੱਖ ਹੁੰਦਾ ਤੁਹਾਨੂੰ ਸੁਣਦੇ ਹੋਏ ਹੋਏ 2 ਲੱਖ ਦੇ ਕਰੀਬ ਬੱਚੇ ਅੱਜ ਤੱਕ ਨਸ਼ੇ ਦੀ ਬਾਬਾ ਬਿਧੀ ਚੰਦ ਦੇ ਪਿੰਡ ਦੇ 45 ਮੁੰਡੇ ਇੱਕ ਪਿੰਡ ਦੇ 45 ਮੁੰਡੇ ਨਸ਼ੇ ਕਰ ਕਰਕੇ ਮਰ ਚੁੱਕੇ ਹਨ ਉਹ ਬਿਧੀ ਚੰਦ ਬਾਬੇ ਬਿਧੀ ਚੰਦ ਦੇ ਉਹਦੇ ਉਹਦੇ ਪਰਿਵਾਰਾਂ ਤੋਂ ਹੋਣਗੇ ਨਾ ਜਿਹੜੇ ਬੱਚੇ ਹੋਣਗੇ ਗਲੀ ਗੁਆਂਢ ਤੋਂ ਹੋਣਗੇ 45 ਯੰਗ ਮੁੰਡੇ ਨਸ਼ੇ ਕਰ ਕਰਕੇ ਮਰ ਚੁੱਕੇ ਇੱਕ ਇੱਕ ਘਰ ਦੇ 2-2 3-3 ਚਲੇ ਗਏ ਪੁੱਛ ਕੇ ਵੇਖੋ ਉਹਨਾਂ ਮਾਵਾਂ ਨੇ ਜਿਹਨਾਂ ਨੇ ਖੁੱਕ ਚੋਰੇ ਨੇ ਕਿਸੇ ਦੇਸ਼ ਦੇ ਕੰਮ ਆ ਜਾਏ ਕੋਈ ਸਮਾਜ ਦੇ ਕੰਮ ਆ ਜਾਏ ਸਮਝ ਆ ਜਾਂਦੀ ਹੈ ਇਹ ਨਸ਼ੇ ਵੇਚਣ ਵਾਲਿਆਂ ਦੇ ਕੰਮ ਆ ਜਾਏ ਤਾਂ ਬੜੇ ਅਫਸੋਸ ਵਾਲੀ ਗੱਲ ਸਾਡੇ ਪਿੰਡ ਦਾ ਯੋਧਾ ਸ਼ਹੀਦ ਜਗਤਾਰ ਸਿੰਘ ਪੁੱਤਰ ਕੰਮ ਵਾਲਾ ਦੇਸ਼ ਦੇ ਕੰਮ ਦਾ ਮਾਂ ਨੂੰ ਦੁੱਖ ਬਹੁਤ ਹੈ ਮਾਂ ਦੇ ਅਸੀਂ ਇੰਨੇ 'ਚ ਸੱਲ ਹੁੰਦੇ ਪੁੱਤ ਤੋਰਨੇ ਔਖੇ ਨੇ ਪਰ ਇੱਕ ਪਾਸੇ ਫਖਰ ਵੀ ਹੈ ਮਾਂ ਨੂੰ ਕਿ ਮੇਰਾ ਪੁੱਤ ਦੇਸ਼ ਦੇ ਕੰਮ ਆ ਮੇਰਾ ਯੋਧਾ ਉਹਦੀ ਜ਼ਿੰਦਗੀ ਦੇਸ਼ ਦੇ ਲੇਖੇ ਲੋਕਾਂ ਦੇ ਲੇਖੇ ਲੱਗੀ ਹੈ ਔਰ ਉਹਦੇ ਵਿੱਚ ਵੀ ਮੈਨੂੰ ਅਫਸੋਸ ਹੈ ਕਿ 17 ਸਾਲ ਹੋ ਗਏ ਪਰ ਉਸ ਯੋਧੇ ਦੀ ਕੋਈ ਯਾਦਗਾਰ ਨਹੀਂ ਬਣਾਈ ਕਿਸੇ ਸਰਕਾਰ ਨੇ ਅੱਜ ਗਲੀਆਂ ਚਿੱਟਾਂ ਲਾਉਂਦੇ ਫਿਰਦੇ 2 ਟਰਾਲੀਆਂ ਪੈਸੇ ਮੰਗਾ ਕੇ ਕੋਈ ਯਾਦਗਾਰ ਬਣਾਈ ਹੁੰਦੀ ਉਹ ਤੁਹਾਨੂੰ ਵੋਟਾਂ ਮੰਗਣੀ ਨਾ ਆਉਣਾ ਪੈਂਦਾ ਲੋਕੀ ਆਪੇ ਤੁਹਾਡੇ ਮਗਰ ਤੁਰੇ ਫਿਰਦੇ ਪਰ ਮੈਂ ਵਾਅਦਾ ਕਰਦਾ ਜੀ ਗੁਰੂ ਮਹਾਰਾਜ ਦੇ ਘਰ ਖੜੇ ਹਾਂ ਸਿਰਫ ਤੁਹਾਡੀ ਡਿਊਟੀ ਹੈ ਕਿ ਤੁਸੀਂ ਯਾਦ ਕਰਾ ਕੇ ਇਹ ਕੰਮ ਨਾਲ ਕਰਾਉਣੇ ਟਾਈਮ ਸਿਰ ਕਰਕੇ ਵਾਪਸ ਜਾਏਗਾ ਪਰ ਟਾਈਮ ਸਿਰ ਕਰਾਉਣਾ ਕਿ ਆਪਣੀ ਸਰਕਾਰ ਬਣਦੀ ਹੈ ਮੈਂ ਜਿੱਦਾਂ ਹੀ ਵਿਧਾਨ ਸਭਾ 'ਚ ਜਾਂਦੇ ਹਾਂ ਆਪਾਂ ਤੁਸੀਂ ਪਹਿਲ ਦੇ ਆਧਾਰ 'ਤੇ ਕੰਮ ਕਰਾਉਣਾ ਕਿ ਆਪਾਂ ਜਗਤਾਰ ਸਿੰਘ ਹੋਣਾ ਦੀ ਯਾਦਗਾਰ ਬਣਾਉਣੀ ਹੈ ਇਸ ਪਿੰਡ ਦੇ ਵਿੱਚ ਬੱਚਿਆਂ ਨੂੰ ਤਾਂ ਪਤਾ ਲੱਗੇ ਨੌਜਵਾਨਾਂ ਨੂੰ ਤਾਂ ਪਤਾ ਲੱਗੇ ਕਿ ਯੋਧਾ ਸਾਡੇ ਪਿੰਡ ਦਾ ਬੜੇ ਅਫਸੋਸ ਦੀ ਗੱਲ ਹੈ
ਕਿ ਸਰਕਾਰਾਂ ਸੁਣਦੀਆਂ ਨੇ 2 ਲੱਖ ਤੋਂ ਵੱਧ ਬੱਚਾ ਨਸ਼ੇ ਦੀ ਭੇਟ ਚੜ ਚੁੱਕਿਆ ਔਰ 8 ਲੱਖ ਬੱਚਾ ਜਿਹੜੇ ਨਸ਼ੇ ਤੇ ਲੱਗਾ, ਪਤਾ ਨਹੀਂ ਕੀ ਦੇ ਲੱਗੇ, ਕਿੰਨੀਆਂ ਕਿੱਥੇ ਇਸ ਵੇਲੇ ਨਸ਼ੇ ਦੇ ਟੀਕੇ ਲਾ ਰਹੇ ਨੇ, ਕਿੰਨੇ ਗੋਲੀਆਂ ਕੈਪਸੂਲ ਖਾ ਰਹੇ ਨੇ, ਕਿੰਨੀਆਂ ਦਵਾਈਆਂ ਪੀ ਰਹੇ ਨੇ। ਉਹ ਮੈਂ ਕਿਹਾ ਸਾਡੀ ਤਾਂ ਉਹ ਕੌਮ ਹੈ ਜਿਹਨੂੰ ਸਿਕੰਦਰ ਨਹੀਂ ਮਾਰ ਸਕਿਆ, ਨਾਦਰ ਸ਼ਾਹ ਵਰਗਿਆਂ ਨੇ ਹਮਲੇ ਕੀਤੇ, ਅਹਿਮਦ ਸ਼ਾਹ ਬਦਾਲੀ ਵਰਗਿਆਂ ਦੇ ਅਸੀਂ ਬਸ ਨਹੀਂ ਆਏ, ਮਹਿਮੂਦ ਗਜ਼ਨਵੀ ਦਾ ਸਾਡੇ ਤੇ ਬਸ ਨਹੀਂ ਚੱਲਿਆ, ਤਲਵਾਰਾਂ ਭਾਲੇ ਖੰਡੇ ਨੇਜ਼ੇ ਤੀਰ ਬੜਾ ਕੁਝ ਬਰਦਾਸ਼ਤ ਕੀਤਾ, ਪਰ ਸਾਡੀ ਕੌਮ ਕਿੰਨੇ ਮਾਰਤੀ, ਇੱਕ ਸੂਈ ਨਹੀਂ ਸਰਿੰਜ ਨੇ, ਜਿਹੜੇ ਤਲਵਾਰਾਂ ਤੀਰਾਂ ਤੋਂ ਨਾ ਮਰੇ ਸਰਿੰਜ ਨੇ ਮਾਰ ਦਿੱਤੇ। ਪਰ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ, ਖੌਫ ਨਹੀਂ, ਇਹ ਬੱਚਿਆਂ ਨੂੰ ਤਾਂ ਪਿਆਰ ਕਰਨ ਜੇ ਕਿਸੇ ਨੂੰ ਡਰਦੇ ਹੋਣ, ਪੰਜਾਬ ਨੂੰ ਤਾਂ ਪਿਆਰ ਕਰਨ ਜੇ ਪੰਜਾਬ ਇਹਨਾਂ ਦਾ ਕੁਛ ਲੱਗਦਾ ਹੋਵੇ, ਇਹ ਸਿਰਫ ਇਹਨਾਂ ਦੀ ਦੁਕਾਨਦਾਰੀ ਹੈ। ਲੋਕਾਂ ਨੇ ਅੱਜ ਤੱਕ ਵੀ ਬਰਦਾਸ਼ਤ ਕੀਤਾ ਸੀ ਇਹਨਾਂ ਨੂੰ, ਚਲੋ ਕੋਈ ਗੱਲ ਨਹੀਂ ਲੁੱਟ ਲਿਆ, ਨਹੀਂ ਨੌਕਰੀਆਂ ਦਿੱਤੀਆਂ, ਨਹੀਂ ਡਿਵੈਲਪਮੈਂਟ ਕੀਤੀ, ਕੋਈ ਗੱਲ ਨਹੀਂ। ਪਰ ਹੁਣ ਲੋਕਾਂ ਦਾ ਰੋਹ ਅੱਜ ਨੱਕ ਨੱਕ ਭਰਿਆ ਹੋਇਆ ਲੋਕਾਂ ਦੇ ਅੰਦਰ, ਲੋਕਾਂ ਦੇ ਅੰਦਰ ਰੋਸ ਹੈ, ਗੁੱਸਾ ਹੈ। ਉਹ ਸਾਨੂੰ ਤਾਂ ਤੁਸੀਂ ਮਾਰਿਆ, ਸਾਨੂੰ ਪਿਆਰ ਕਰੇ, ਸਾਡਾ ਤੁਸੀਂ ਸਾਰਾ ਕੁਝ ਬਰਬਾਦ ਕਰਤਾ, ਪਰ ਆਹ ਤਾਂ ਸਾਡਾ ਪਿਓ, ਸਾਡਾ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਥ ਦੀ ਸਰਕਾਰ ਹੈ, ਕਹਿੰਦੇ ਸੀ ਪੰਥਕ 90 ਵਾਰੀ ਤੋਂ ਜ਼ਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੈਰਵੀ ਹੋਈ ਹੈ ਕਿ ਨਹੀਂ ਦੱਸਦੇ, 90 ਵਾਰੀ ਤੋਂ ਜ਼ਿਆਦਾ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਪਾੜ ਕੇ ਖਿਲਾਰੇ ਗਏ, ਨਦੀਆਂ ਨਾਲਿਆਂ 'ਚ ਸੁੱਟੇ ਗਏ, ਗਲੀਆਂ 'ਚ ਸੁੱਟੇ ਗਏ। ਇਹ ਕੋਈ ਇੱਕੋ ਏਲੀਅਨ ਆਉਂਦੇ ਨੇ ਤੇਰੇ ਕਰਕੇ ਚਲੇ ਜਾਂਦੇ, ਇਹਨਾਂ ਨੂੰ ਪਤਾ ਨਹੀਂ ਲੱਗਦਾ, ਕਰਵਾਇਆ ਜਾ ਰਿਹਾ ਸੀ ਸਾਨੂੰ ਕਿ ਮਾਹੌਲ ਖਰਾਬ ਹੋਵੇ, ਆਮ ਆਦਮੀ ਪਾਰਟੀ ਤਰੱਕੀ ਕਰ ਰਹੀ ਹੈ, ਮਾਹੌਲ ਵਿਗੜ ਜੇ ਤੇ ਖਤਮ ਹੋ ਜਾਵੇ ਪਾਰਟੀ, ਇਹ ਸੋਚ ਕੇ ਕਰਵਾਇਆ ਜਾ ਰਿਹਾ ਸੀ। ਸੰਗਤ ਵਿੱਚ ਗੁੱਸਾ ਆਵੇ, ਸੰਗਤ ਨੂੰ ਰੋਸ ਆਵੇ ਕਿ ਪਤਾ ਨਹੀਂ ਕੌਣ ਕਰਵਾ ਰਿਹਾ, ਪਰ ਸੰਗਤ ਪਛਾਣ ਗਈ, ਸੰਗਤ ਅੱਜ ਉਹ ਗੱਲ ਨਹੀਂ ਰਹਿ ਗਈ, ਲੋਕਾਂ ਨੂੰ ਪਤਾ ਲੱਗ ਗਿਆ ਕਿ ਆਪ ਹੀ ਕਰਵਾ ਰਹੇ ਨੇ, ਲੋਕ ਉੱਧਰ ਨੂੰ ਪੈ, ਜਿਹੜੀ ਇਹਨਾਂ ਨੇ ਤੋਪ ਦੂਜੀਆਂ ਪਾਰਟੀਆਂ ਨਾਲ ਸਿੱਧੀ ਕੀਤੀ ਸੀ, ਇਹਨਾਂ ਨੇ ਇਸ ਸੰਗਤ ਨੇ ਲੋਕਾਂ ਨੇ ਉਹੀ ਤੋਪ ਦਾ ਮੂੰਹ ਫਿਰ ਇਹਨਾਂ ਵੱਲ ਮੋੜ ਦਿੱਤਾ, ਜਿੱਦਾਂ ਬੰਦੇ ਬਹਾਦਰ ਨੇ ਮੁਗਲਾਂ ਵੱਲ ਦੀਆਂ ਮੋੜੀਆਂ ਸੀ। ਹੁਣ ਜਾਗਣ ਦਾ ਵੇਲਾ, ਉੱਠਣ ਦਾ ਵੇਲਾ, ਹੁਣ ਇਸ ਵੇਲੇ ਉਹ ਵੇਲਾ ਆ ਗਿਆ ਕਿ ਖੇਤ ਜੋ ਮਾਰਿਆ ਸੂਰਮਾ ਆਪ ਜੂਝਣ ਜੋਗਾ, ਹੁਣ ਜੂਝਣ ਦਾ ਵੇਲਾ, ਕਿੰਨਾ ਕੁ ਸਿਰ ਡਰੀ ਜਾਵਾਂਗੇ, ਕੀ ਕਰ ਲੈਣਗੇ ਤੁਹਾਡਾ, ਇਹੀ ਡਰਾਉਂਦੇ ਆ ਨਾ, ਪਰਚੇ ਪਾ ਲਿਆਂਗੇ, ਇਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਤਾਂ 100 ਪਰਚਾ 200 ਪਰਚਾ 400 ਪਰਚਾ ਪਾ ਦਿਓਗੇ ਤੇ ਜਿੱਦਣ ਉਸ ਪਰਮਾਤਮਾ ਦੀ ਨਜ਼ਰ ਤੁਹਾਡੇ ਤੇ ਪੈ ਗਈ ਨਾ, ਤੁਸੀਂ ਕੀ ਕਰਦੇ ਪਏ ਹੋ, ਪਤਾ ਹੀ ਨਹੀਂ ਲੱਗਦਾ ਕੌਣ ਕਿੱਥੋਂ ਆਇਆ ਸੀ ਤੇ ਕਿਹੜੇ ਮੁਲਕ ਗਿਆ, ਕਿੱਥੇ ਚਲਾ ਸੀ। ਸਾਹਿਬ ਸੱਚੇ ਪਾਤਸ਼ਾਹ ਨਾਲ ਤੁਸੀਂ ਪੰਗਾ ਲੈ ਰਹੇ ਹੋ, ਉਹਨਾਂ ਨੂੰ ਛੇੜ ਰਹੇ, ਉਹਨਾਂ ਦਾ ਨਿਰਾਦਰ ਕਰ ਰਹੇ ਹੋ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਇੱਕ ਵਾਰੀ ਆਪਣੇ ਆਪ ਨੂੰ ਇਹਨਾਂ ਦੀ ਚੁੰਗਲ ਚੋਂ ਕਢਾ ਲਈਏ, ਨਾ ਕਰੋ ਕਿਸੇ ਇੱਕ ਬੰਦੇ ਨੇ ਕੁਛ ਨਹੀਂ ਕਰਨਾ, ਕੋਈ ਇੱਕ ਇਲਾਕੇ ਦਾ ਇੱਕ ਪ੍ਰਧਾਨ ਕਵੇ ਕਿ ਮੈਂ ਤੁਹਾਡਾ ਇੱਦਾਂ ਕਰ ਦਿਆਂਗਾ ਉੱਦਾਂ ਕਰ ਦਿਆਂਗਾ, ਫਿਰ ਉਹ ਪ੍ਰਧਾਨ ਨਹੀਂ ਆ, ਉਹ ਮੁਖੀਆ ਨਹੀਂ ਆ, ਉਹ ਬਦਮਾਸ਼ ਹੈ, ਤੇ ਬਦਮਾਸ਼ ਕੋਲੋਂ ਜਿੰਨੀ ਦੇਰ ਤੱਕ ਡਰੀ ਜਾਵਾਂਗੇ ਡਰਾਈ ਜਾਏਗਾ, ਕਿਉਂਕਿ ਆਹ ਸਮਾਂ ਆ ਉੱਠਣ ਦਾ, ਜਾਗਣ ਦਾ ਵੇਲਾ। ਤੁਸੀਂ ਕਿਹੜਾ ਕਿਸੇ ਨੂੰ ਕੁਛ ਕਿਹਾ ਸੀ, ਪਰ ਜਦੋਂ ਹੁਣ ਤੁਹਾਨੂੰ ਹੱਥ ਪਾਇਆ ਇਹਨਾਂ ਨੇ, ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਕਿਹਾ ਨਾ ਕਿ ਜਬੈ ਬਾਣ ਲਾ ਦਿਓ ਤਬੈ ਰੋਸ ਜਾਗੇ, ਹੁਣ ਰੋਸ ਜਾਗਿਆ, ਹੁਣ ਸਾਨੂੰ ਸਮਝ ਆਈ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਉਂ ਸਮਝਾਇਆ ਸੀ ਕਿ ਕਉ ਕਿਸੀ ਕੋ ਰਾਜ ਨਾ ਦੇਹੈ ਜੋ ਲੇਹੈ ਨਿਜ ਬਲ ਸੇ ਲੇਹੈ। ਹੁਣ ਆਪਣੇ ਨਿਜ ਬਲ ਤੇ ਸ਼ੱਕ ਨਾ ਕਰੋ, ਆਪਣੀ ਜ਼ਮੀਰ ਤੇ ਸ਼ੱਕ ਨਾ ਕਰੋ,
ਆਪਣੇ ਆਪ ਤੋਂ ਨਾ ਘਬਰਾਓ ਕਿ ਤੁਸੀਂ ਪਤਾ ਨਹੀਂ ਕਮਜ਼ੋਰ ਹੋ। ਜਿਹਦੇ ਨਾਲ ਸਾਹਿਬ ਸੱਚੇ ਪਾਤਸ਼ਾਹ ਖੜੇ ਹਨ ਉਹ ਕਦੇ ਕਮਜ਼ੋਰ ਨਹੀਂ ਹੁੰਦਾ। ਜਿਸ ਕਾ ਸਾਹਿਬ ਡਾਢਾ ਹੋਏ ਇਸ ਕੋ ਮਾਰ ਨਾ ਸਕਦਾ ਕੋਈ। ਇੱਕ ਵਾਰੀ ਸੱਚ ਦੇ ਨਾਲ ਤੁਰਸੋ, ਵਾਹਿਗੁਰੂ ਨੂੰ ਅਰਦਾਸ ਕਰਕੇ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਲ ਛੁੰਦਾ, ਤੁਰ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਅਰਦਾਸ। ਕੁਛ ਵੀ ਬੜੇ ਹੋਣਗੇ, ਪੰਜਾਬ ਇੱਕੋ ਹੀ ਹੈ, ਸਾਨੂੰ ਗੁਰਾਂ ਨੇ ਬਖਸ਼ਿਆ ਸੀ, ਦਸ ਗੁਰਾਂ ਦੀ ਬਖਸ਼ਿਸ਼ ਹੈ। ਸੋ ਆਪਾਂ ਨਸ਼ਾ ਨਹੀਂ ਪੰਜਾਬ ਦੇ ਵਿੱਚ ਚੱਲਣ ਦੇਣਾ। ਸਾਡੀ ਸਰਕਾਰ ਬਣੇਗੀ 45 ਦਿਨ ਦੇ ਅੰਦਰ ਅੰਦਰ ਪੰਜਾਬ ਦੇ ਵਿੱਚੋਂ ਨਸ਼ੇ ਦੇ ਤਸਕਰਾਂ ਦਾ ਸਫਾਇਆ ਕਰ ਦਿਆਂਗੇ, ਨਸ਼ੇ ਦੀ ਸਪਲਾਈ ਬੰਦ ਕਰਾਂਗੇ। ਫਿਰ ਜਿਹੜੇ ਬੱਚੇ ਨਸ਼ੇ ਤੇ ਲੱਗੇ ਨੇ ਉਹ ਸਾਡੇ ਦੁਸ਼ਮਣ ਨੇ, ਉਹਨਾਂ ਵੱਲ ਇਹਨੇ ਕਿਹਾ ਕਿ ਨਸ਼ਾ ਕਰਦੇ ਨੇ, ਉੱਥੇ ਉਹ ਸਾਡੇ ਪੁੱਤਰ ਨੇ, ਸਾਡੇ ਭਰਾ ਨੇ, ਉਹਨਾਂ ਨੂੰ ਮਾਰ ਲੈਣਾ, ਉਹਨਾਂ ਨੂੰ ਨਸ਼ਾ ਮੁਕਤ ਕਰਾਉਣਾ, ਉਹਨਾਂ ਦੇ ਨਸ਼ੇ ਛਡਾਉਣੇ, ਉਹਨਾਂ ਨੂੰ ਨਹੀਂ ਛੱਡ ਦੇਣਾ, ਉਹਨਾਂ ਦੇ ਨਸ਼ੇ ਛਡਾਵਾਂਗੇ, ਉਹਨਾਂ ਨੂੰ ਕਾਰੋਬਾਰ ਦਿਆਂਗੇ, ਕੰਮ ਦਿਆਂਗੇ। ਕਿ ਜਿਹੜਾ ਸੀ ਜਨਾਨੀਆਂ ਦੀਆਂ ਵਾਲੀਆਂ ਲਾਹ ਲਾ ਕੇ ਜਾਂ ਮਾਂ ਦੇ ਭਾਂਡੇ ਵੇਚ ਕੇ ਨਸ਼ੇ ਕਰਦਾ ਹੁੰਦਾ ਸੀ, ਉਹ ਅੱਜ ਕੰਮ 'ਤੇ ਲੱਗੇਗਾ, ਰੁਜ਼ਗਾਰ 'ਤੇ ਲੱਗੇਗਾ, ਪੈਸੇ ਲਿਆ ਕੇ ਆਪਣੀ ਮਾਂ ਨੂੰ ਦੇਗਾ, ਲੈ ਮਾਂ ਮੈਂ ਕਮਾ ਕੇ ਲਿਆ, ਫਿਰ ਮਾਂ ਨੂੰ ਪਤਾ ਲੱਗੇਗਾ ਮੈਂ ਪੁੱਤ ਚੱਲਿਆ। ਬੱਚੇ ਵਾਪਸ ਮੋੜਦੇ, ਗਰੀਬ ਕਿਸਾਨ ਦੀ ਅੱਜ ਉਹ ਹਾਲਤ ਹੈ ਕਿ ਇਹ ਅੰਨਦਾਤਾ ਪੰਜਾਬ ਦਾ ਅੱਜ ਗੁਰਬਤ ਦੀ ਜ਼ਿੰਦਗੀ, ਜ਼ਲਾਲਤ ਦੀ ਜ਼ਿੰਦਗੀ ਜੀ ਰਿਹਾ। ਮੈਂ ਤਾਂ ਇੱਕ ਗੀਤ ਲਿਖਿਆ ਸੀ ਕਿ ਰੋਂਦੀ ਕਿਉਂ ਨਹੀਂ ਭਾਰਤ ਮਾਤਾ, ਤੇਰਾ ਮਿੱਟੀ ਰੁਲ ਗਿਆ ਅੰਨਦਾਤਾ। ਉਹ ਰੋਂਦੀ ਕਿਉਂ ਨਹੀਂ ਭਾਰਤ ਮਾਤਾ, ਤੇਰਾ ਮਿੱਟੀ ਰੁਲ ਗਿਆ ਅੰਨਦਾਤਾ। ਗੱਲ ਡੁੱਬ ਮਰਨ ਲਈ ਛੋਟੀ ਨਹੀਂ ਕਿ ਕਿਸਾਨ ਦੇ ਘਰ ਵਿੱਚ ਰੋਟੀ ਨਹੀਂ, ਮਜਬੂਰੀ ਵਿੱਚ ਖੁਦਕੁਸ਼ੀਆਂ ਜਿੱਥੇ ਕਰਨੀਆਂ ਪੈਣ ਕਿਸਾਨਾਂ ਨੂੰ, ਲੱਖ ਲਾਣਤ ਉਸ ਦੇਸ਼ ਦੇ ਅੰਦਰ ਵੱਸਦੇ ਆ ਇਨਸਾਨਾਂ, ਮੇਰੇ ਵੀ ਲਾਣਤ ਆ ਵਿੱਚ ਕਿ ਸਾਡੇ ਜਿਉਂਦੇ ਹੁੰਦਿਆਂ ਕਿਸਾਨ ਦੇ ਘਰ 'ਚ ਰੋਟੀ ਨਹੀਂ ਪੱਕ ਰਹੀ, ਜਿਹੜਾ ਦੁਨੀਆਂ ਨੂੰ ਅੰਨ ਦੇਣ ਵਾਲਾ, ਦੁਨੀਆਂ ਨੂੰ ਰੋਟੀ ਦੇਣ ਵਾਲਾ। ਸੋ ਆਓ ਕਿਸਾਨ ਵਾਸਤੇ ਲੜੀਏ, ਜਵਾਨ ਵਾਸਤੇ ਲੜੀਏ। ਕਹਿੰਦੇ ਜੈ ਜਵਾਨ ਜੈ ਕਿਸਾਨ ਕਹਿੰਦੇ ਸੀ ਨਾ, ਅੱਜ ਹੈ ਪੰਜਾਬ 'ਚ ਜੈ ਜਵਾਨ ਜੈ ਕਿਸਾਨ। ਕਿਸਾਨ ਤਾਂ ਦੇਖ ਲਓ, ਜਦੋਂ ਅਸੀਂ ਉਸੇ ਕਿਸਾਨ ਦਾ ਬਣਾਇਆ ਹੋਇਆ ਗੁੜ ਆਪਣੇ ਘਰ ਬੈਠੇ ਰੋਟੀ ਤੋਂ ਬਾਅਦ ਖਾ ਰਹੇ ਹੁੰਦੇ ਹਾਂ, ਉਹਦੀ ਪੈਦਾ ਕੀਤੀ ਖੰਡ, ਜਿਹੜਾ ਉਹਨੇ ਗੰਨਾ ਪੈਦਾ ਕੀਤਾ ਉਹਦਾ ਮਿੱਠਾ ਬਣਿਆ, ਉਹਦੇ ਅਸੀਂ ਘਰ ਬੈਠੇ ਲਵਾਜ਼ਮਾਤ ਖਾ ਰਹੇ ਹੁੰਦੇ ਹਾਂ, ਸਰਕਾਰੇ ਲੈ ਬਾਪ ਜਿੰਨਾ ਸਤਿਕਾਰ ਦਿਆਂਗੇ ਕਿਸਾਨ ਨੂੰ, ਜਿੰਨਾ ਪਿਓ ਦਾ ਸਤਿਕਾਰ ਹੁੰਦਾ। ਕਿਸਾਨ ਪੰਜਾਬ ਦਾ ਪਿਓ ਹੈ, ਬਾਪ ਹੈ ਕਿਸਾਨ ਪੰਜਾਬ ਦਾ। ਕਿਸਾਨ ਔਰ ਜਵਾਨ ਦੀ ਗੱਲ ਚੱਲੀ ਹੈ, ਜੈ ਜਵਾਨ ਹੈ ਪੰਜਾਬ 'ਚ ਜੈ ਜਵਾਨ। ਜਿੱਦਣ ਜਵਾਨ ਸ਼ਹੀਦ ਹੁੰਦਾ ਉਦੋਂ ਇੱਕ ਵਾਰੀ ਜ਼ਰੂਰ ਉਹਨੂੰ ਸਲੂਟ ਵੱਜਦੇ ਨੇ, ਅਖਬਾਰਾਂ 'ਚ 2 ਦਿਨ ਖਬਰਾਂ ਆਉਂਦੀਆਂ, ਬਾਅਦ 'ਚ ਕੋਈ ਪੁੱਛਣ ਆਉਂਦਾ ਸਰਕਾਰਾਂ ਨੇ ਕੀ ਦਿੱਤਾ, ਤਗੜੇ ਮਾਰਨੇ ਪੈਂਦੇ ਨੇ, ਬਜ਼ੁਰਗ ਪੈਸਿਆਂ ਲਈ ਭੱਜੇ ਫਿਰਦੇ ਨੇ ਜਿਹੜੇ ਸਰਕਾਰ ਨੇ ਅਨਾਊਂਸ ਕੀਤੇ ਸੀ, ਮਗਰ ਤੱਕ ਜਾਂਦੇ ਕੁਛ ਨਹੀਂ ਮਿਲਦਾ। ਜੇ ਦਿੰਦੇ ਵੀ ਕਿੰਨਾ, 2-4 ਲੱਖ 5 ਲੱਖ ਸਰਕਾਰ ਦਿੰਦੇ ਤੇ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਸਰਕਾਰ ਸੰਭਾਲਣ ਤੋਂ ਬਾਅਦ ਜਦੋਂ ਜਦੋਂ ਵੀ ਦਿੱਲੀ ਦੇ ਏਰੀਏ ਦਾ ਕੋਈ ਜਵਾਨ ਦੇਸ਼ ਦੇ ਕਿਤੇ ਕੰਮ ਆਇਆ, ਅਰਵਿੰਦ ਕੇਜਰੀਵਾਲ ਘਰ ਜਾ ਕੇ 1 ਕਰੋੜ ਰੁਪਏ ਦਾ ਚੈੱਕ ਦੇ ਕੇ ਆਉਂਦੇ, ਸਾਡੀ ਸਰਕਾਰ 1 ਕਰੋੜ ਦਾ ਚੈੱਕ ਜਵਾਨ ਉਹ ਜਵਾਨ ਤਾਂ ਨਹੀਂ ਮੋੜਿਆ ਜਾ ਸਕਦਾ, ਪਰ ਉਹਦੇ ਘਰਦਿਆਂ ਨੂੰ ਥੋੜ੍ਹਾ ਆਦਰ ਤਾਂ ਦਿੱਤਾ ਜਾ ਸਕਦਾ, ਉਹਦੇ ਮਾਂ ਨੂੰ, ਉਹਦੇ ਭਰਾਵਾਂ ਨੂੰ, ਉਹਦੇ ਬਾਪ ਨੂੰ, ਉਹਦੇ ਬੱਚੇ, ਉਹਦੀ ਪਤਨੀ ਨੂੰ ਆਦਰ ਤਾਂ ਦਿੱਤਾ ਜਾ ਸਕਦਾ ਕਿ ਉਹ ਆਪਣਾ ਜ਼ਿੰਦਗੀ ਦਾ ਗੁਜ਼ਰ ਬਸਰ ਅੱਛੇ ਤਰੀਕੇ ਨਾਲ ਕਰ ਸਕਣ, ਸਨਮਾਨਜਨਕ ਤਰੀਕੇ ਨਾਲ। ਜਵਾਨੀ, ਪਾਣੀ, ਕਿਸਾਨੀ ਸਭ ਖਤਮ ਕਰਤਾ, ਔਰ ਸਭ ਤੋਂ ਵੱਡਾ
ਦੁੱਖ ਹੀ ਹੈ ਕਿ ਸਾਡੇ ਜਵਾਨ ਨੇ, ਸਾਡੇ ਨੌਜਵਾਨ ਨੇ ਸਾਡੀ ਜਵਾਨੀ ਨੂੰ ਭਟਕਾ ਦਿੱਤਾ, ਜਵਾਨੀ ਨੂੰ ਹਥਿਆਰਾਂ ਦਾ ਸ਼ੌਂਕ ਪਾ ਦਿੱਤਾ, ਜਵਾਨੀ ਅੱਗੇ ਸਕੂਟਰਾਂ ਮੋਟਰਸਾਈਕਲਾਂ ਦੇ ਪਿੱਛੇ ਗੱਡੀਆਂ ਦੇ ਪਿੱਛੇ ਲੋਕਾਂ ਨੇ ਲਿਖਿਆ ਹੁੰਦਾ ਸੀ ਧੰਨ ਧੰਨ ਬਾਬਾ ਬੁੱਢਾ ਜੀ, ਕਿਸੇ ਨੇ ਲਿਖਿਆ ਹੁੰਦਾ ਸੀ ਧੰਨ ਗੁਰੂ ਰਾਮਦਾਸ, ਧੰਨ ਬਾਬਾ ਨਾਨਕ, ਹਰੇ ਕ੍ਰਿਸ਼ਨਾ ਲਿਖਿਆ ਹੁੰਦਾ ਸੀ ਕਿਸੇ ਨੇ, ਹੇ ਰਾਮ ਲਿਖਿਆ ਹੁੰਦਾ ਸੀ, ਪਰਮਾਤਮਾ ਦਾ ਨਾਮ ਲਿਖਿਆ ਹੁੰਦਾ ਸੀ, ਪੜ੍ਹਦੇ ਹੁੰਦੇ ਸੀ ਗੱਡੀਆਂ 'ਚ ਸਕੂਟਰ ਕਾਰਾਂ ਮੋਟਰਸਾਈਕਲਾਂ 'ਚ, ਮੁੰਡੇ ਨਸ਼ਿਆਂ ਦੇ ਲਾ ਕੇ ਵੈਲੀ ਬਣਾ ਕੇ ਕੁਦਰਤ ਨੇ ਮੈਨੂੰ ਦਿੱਤਾ, ਇੰਨੀ ਬੇਨਤੀ ਕਰਾਂਗਾ ਕਿ ਇੱਕ ਵਾਰੀ ਮੌਕਾ ਜਦੋਂ ਹੁਣ ਤੁਸੀਂ ਦੇਣਾ ਬਟਾਲੇ ਵਿੱਚ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਇੱਕ ਸਰਕਾਰੀ ਸੁਪਰ ਸਪੈਸ਼ਲਿਟੀ ਹੋਸਪਿਟਲ, ਕਿ ਕਿਸੇ ਵੀ ਬਿਮਾਰੀ ਲਈ ਤੁਹਾਨੂੰ ਅੰਮ੍ਰਿਤਸਰ ਨਾ ਭੱਜਣਾ ਪਏ, ਜਲੰਧਰ ਨਾ ਜਾਣਾ ਪਏ। ਇਹ ਡਾਕਟਰ ਸਾਹਿਬ ਬਹੁਤ ਚੰਗੀ ਤਰ੍ਹਾਂ ਸਮਝਦੇ ਹੋਣਗੇ ਕਿ ਗਰੀਬ ਬੰਦੇ ਲਈ ਸੁਪਰ ਸਪੈਸ਼ਲਿਟੀ ਹੋਸਪਿਟਲ ਦੀ ਕੀ ਅਹਿਮੀਅਤ ਹੁੰਦੀ ਹੈ, ਜਿਹਦੇ ਅੰਦਰ ਸੀ ਟੀ ਸਕੈਨ, ਐੱਮ ਆਰ ਆਈ, ਅਲਟਰਾਸਾਊਂਡ, ਐਕਸਰੇ, ਸਾਰਾ ਕੁਛ ਗਰੀਬ ਨੂੰ ਮਿਲੇ, ਉਹਨੂੰ ਭਟਕਣਾ ਨਾ ਪਵੇ। ਸਾਡੇ ਘਰ ਗਰੀਬ ਦੇ ਘਰ ਕਿਸੇ ਨੂੰ ਕੋਈ ਬਿਮਾਰੀ ਲੱਗ ਜਾਏ, ਹਾਰਟ ਅਟੈਕ ਦੂਜੇ ਨੂੰ ਹੋ ਜਾਂਦਾ, ਵੀ ਇਹਦਾ ਇਲਾਜ ਕਿੱਥੋਂ ਕਰਾਵਾਂਗੇ, ਇੱਦਾਂ ਹੀ ਆ ਜੀ। ਅਤੇ ਸਰਕਾਰ ਦਾ ਫਰਜ਼ ਬਣਦਾ ਇਲਾਜ ਦੇਣੇ, ਇਲਾਜ ਕੋਈ ਲਗਜ਼ਰੀ ਹੈ? ਗਰੀਬ ਇਹ ਤਾਂ ਨਹੀਂ ਕਹਿੰਦਾ ਮੈਨੂੰ ਕਾਰ ਲੈ ਕੇ ਦਿਓ, ਮੈਨੂੰ ਗੱਡੀ ਲੈ ਕੇ ਦਿਓ। ਜੇ ਉਹ ਬਿਮਾਰ ਹੋ ਗਿਆ ਕੁਦਰਤੀ, ਉਹਦਾ ਇਲਾਜ ਤਾਂ ਕਰਵਾ ਦਿਓ, ਇਹ ਸਰਕਾਰ ਦਾ ਫਰਜ਼ ਬਣਦਾ। ਬਟਾਲੇ 'ਚ ਲੈ ਕੇ ਆਵਾਂਗੇ ਔਰ ਪਿੰਡਾਂ ਦੇ ਵਿੱਚ ਖੁੱਲ੍ਹਣਗੇ ਮੁਹੱਲਾ ਕਲੀਨਿਕ, ਇਹ ਸਾਡੀ ਸਰਕਾਰ ਨੇ ਖੋਲ੍ਹੇ ਨੇ ਕਿ ਦਿੱਲੀ 'ਚ ਜਾ ਕੇ ਦੇਖ ਲਿਓ, ਝੂਠ ਵਾਲੀ ਗੱਲ ਨਹੀਂ, ਅਸੀਂ ਉਹ ਨਹੀਂ ਗੱਲ ਕਰਾਂਗੇ, ਅਸੀਂ ਕਰਕੇ ਦਿਖਾਇਆ ਦਿੱਲੀ 'ਚ ਮੁਹੱਲਾ ਕਲੀਨਿਕ ਖੁੱਲ੍ਹਣਗੇ, ਜਿੱਥੇ ਗਰੀਬ ਦਾ ਮੁਫਤ ਚੈੱਕਅਪ ਹੋਏਗਾ, ਮੁਫਤ ਦਵਾਈਆਂ ਮਿਲਣਗੀਆਂ। ਬਹੁਤ ਸਾਰੀਆਂ ਸਕੀਮਾਂ ਨੇ ਪੰਜਾਬ ਵਾਸਤੇ, ਮੈਂ ਕਿਉਂਕਿ ਸਾਡਾ ਪਿੰਡ ਕੋਕਰ ਫੌਜੀ ਹੈ, ਸਾਡੇ ਪਿੰਡ ਦੇ ਸੈਂਕੜੇ ਫੁੱਟਬਾਲ ਨੂੰ ਰੁਕ ਲਏ, ਮੇਰੇ ਚਾਚਾ ਜੀ ਖੇਡਦੇ ਰਹੇ ਫੁੱਟਬਾਲ, ਪੰਜਾਬ ਵੱਲੋਂ ਖੇਡਦੇ ਰਹੇ, ਆ ਏਡੇ ਏਡੇ ਓਲੰਪੀਅਨ ਰਜਿੰਦਰ ਸਿੰਘ ਸਪੈਰੋ ਵਰਗੇ, ਸੁਰਜੀਤ ਸਿੰਘ ਵਰਗੇ, ਮੁਖਬੈਨ ਸਿੰਘ ਸਾਹਿਬ ਵਰਗੇ ਹਾਕੀ ਓਲੰਪੀਅਨ ਪੈਦਾ ਹੋਏ ਨੇ, ਵਾਲੀਬਾਲ ਪਲੇਅਰ ਪੈਦਾ ਹੋਏ ਨੇ, ਭਲਵਾਨ ਪੈਦਾ ਹੋਏ ਨੇ, ਪਰ ਬਟਾਲੇ 'ਚ ਕਦੇ ਕੋਈ ਸਟੇਡੀਅਮ ਪੈਦਾ ਨਹੀਂ ਹੋਇਆ। ਆਪਣੀ ਸਰਕਾਰ ਬਣਦੀ ਆ, ਮੈਂ ਸਭ ਤੋਂ ਪਹਿਲਾਂ ਬਟਾਲੇ 'ਚ ਲੈ ਕੇ ਆਵਾਂਗਾ ਇੰਟਰਨੈਸ਼ਨਲ ਲੈਵਲ ਦਾ ਇੱਕ ਸਟੇਡੀਅਮ, ਜਿੱਥੇ ਬੱਚੇ ਖੇਡਾਂ ਖੇਡਣ, ਓਲੰਪਿਕ ਜਾਣ, ਏਸ਼ੀਅਨ ਗੇਮਾਂ 'ਚ ਜਾਣ। ਅੱਜ ਪਿੰਡ ਦੇ ਵਿੱਚ ਖੜੇ ਆ ਸਾਡੇ ਹਰਬੰਸ ਸਿੰਘ, ਇਸ ਪਿੰਡ ਦੇ ਹਰਬੰਸ ਸਿੰਘ ਜੀ, ਯਾਰ ਅੰਦਰ ਦਿਓ, ਬਾਕੀ ਤੁਹਾਨੂੰ ਮਿਲਣਗੇ। ਸਾਡੀ ਸਰਕਾਰ ਆਉਂਦੀ ਆ, ਕਿਸੇ ਵੀ ਕੰਨਿਆਂ ਦੀ ਸ਼ਾਦੀ ਤੋਂ ਪਹਿਲਾਂ, ਉਹਦੇ ਵਿਆਹ ਤੋਂ ਪਹਿਲਾਂ, ਤਾਂ ਕਿ ਉਹ ਖਰਚਾ ਆਪਣਾ ਕਰ ਸਕੇ, 51,000 ਰੁਪਈਆ ਸਗਨ ਦਿਆ ਕਰੇਗੀ ਸਾਡੀ ਸਰਕਾਰ। ਇਸ ਤਰ੍ਹਾਂ ਦੀਆਂ ਹੋਰ ਅਨੇਕ ਸਕੀਮਾਂ ਨੇ ਲੋਕਾਂ ਵਾਸਤੇ, ਕਿਸੇ ਗੱਲ ਦਾ ਭੈ ਨਾ ਕਰਿਓ। ਅਰਵਿੰਦ ਕੇਜਰੀਵਾਲ ਨੀਤ ਦਾ ਰੱਜਿਆ ਬੰਦਾ, ਇਹਨਾਂ ਵਰਗਾ ਭੁੱਖਾ ਸ਼ੋਧਾ ਨਹੀਂ, ਨੀਤ ਦਾ ਰੱਜਿਆ ਬੰਦਾ। ਉਹਦੀ ਗੱਡੀ 'ਤੇ ਪਹਿਲਾਂ ਹੀ ਲਾਲ ਬੱਤੀ ਲੱਗੀ ਸੀ, ਉਹ ਕਿਹੜੀਆਂ ਬੱਤੀਆਂ ਪਿੱਛੇ ਆਇਆ? ਉਹ ਤਾਂ ਪਹਿਲਾਂ ਇੱਕ ਇਨਕਮ ਟੈਕਸ ਕਮਿਸ਼ਨਰ ਸੀ, ਇਨਕਮ ਟੈਕਸ ਦਾ ਅਤੇ ਕਲਰਕ ਮਹੀਨੇ ਦਾ ਕਰੋੜਾਂ ਰੁਪਈਏ ਬਣਾ ਲਏ ਭਾਵੇਂ, ਉਹ ਬੱਤੀ ਲਾਹ ਕੇ ਆ ਗਿਆ ਸੀ ਗੱਡੀ ਤੋਂ, ਸੜਕਾਂ 'ਤੇ ਆ ਕੇ ਬਹਿ ਗਿਆ ਸੀ। ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ, ਆ ਮਹਾਰਾਜ ਨੇ ਕਿਸੇ ਚੀਜ਼ ਦੀ ਮੈਨੂੰ ਕਸਰ ਰੱਖੀ ਸੀ? ਮਤਲਬ ਸ਼ੋਹਰਤ ਵੱਲੋਂ, ਤੁਹਾਡੇ ਪਿਆਰ ਵੱਲੋਂ, ਜਾਂ ਰੋਜ਼ੀ ਰੋਟੀ ਵੱਲੋਂ ਮੈਨੂੰ ਕੋਈ ਕਮੀ ਸੀ? ਮੈਂ ਕੀ ਲੈਣਾ ਸੀ ਇਸ ਗੱਲ 'ਚ ਆ ਕੇ? ਇਹ ਪੋਲੀਟਿਕਸ ਗੰਦ ਹੈ, ਪਰ ਕਹਿੰਦੇ ਆ ਜੇ ਛੱਪੜ ਸਾਫ਼ ਕਰਨਾ ਨਾ, ਫਿਰ ਪਹੁੰਚੇ ਟੁੰਗ ਕੇ ਛੱਪੜ 'ਚ ਵੜਨਾ ਪੈਂਦਾ, ਬਾਹਰ ਖਲੋ ਕੇ ਨਹੀਂ ਝਾੜੂ ਫਿਰਦਾ ਉਹਦੇ ਆਪ।
ਇਸ ਕਰਕੇ ਆਏ ਹਾਂ ਪੰਜਾਬ ਤੱਕ ਸਵਾਰਨਾ। ਮੈਨੂੰ ਪੰਜਾਬ ਨੇ ਬਹੁਤ ਕੁਛ ਦਿੱਤਾ, ਮੈਂ ਪੰਜਾਬ ਦਾ ਕਰਜ਼ਾ ਮੋੜਨਾ।